ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਹੈ ਜੀ ਹੂਲ ਵਰਲਡ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ। ਅਤੇ ਅੱਜ ਜਿਹੜੀ ਗੱਲ ਕਰ ਰਹੇ ਹਾਂ USA ਦੀਆਂ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਅਪਡੇਟਸ ਨੇ ਇਹਨਾਂ ਬਾਰੇ ਥੋੜ੍ਹੀ ਜਿਹੀ ਆਪਾਂ ਡਿਟੇਲਡ ਵੀਡੀਓ ਆ, ਥੋੜ੍ਹੀ ਜਿਹੀ ਇਹਦੇ ਵਿੱਚ ਸਾਰੀ ਜਿਹੜੀ ਇਨਫੋਰਮੇਸ਼ਨ ਐਡ ਕਰਾਂਗੇ। ਤਾਂ ਵੀਡੀਓ ਸਾਰੀ ਜ਼ਰੂਰ ਦੇਖਿਆ ਕਰੋ, ਮੇਰੀ ਰਿਕੁਐਸਟ ਹੈ। ਦੈਨ ਤੁਸੀਂ ਕਮੈਂਟਸ ਜਿਹੜੇ ਕਰ ਸਕਦੇ ਹੋ, ਕਿਉਂਕਿ ਇੱਦਾਂ ਦੇ ਕਮੈਂਟਸ ਆਉਂਦੇ ਆ ਜਾਂ ਫਿਰ ਇੱਦਾਂ ਦੇ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਆਉਂਦੇ ਆ ਜਿਨ੍ਹਾਂ ਨੂੰ ਮੈਂ ਵੀਡੀਓਜ਼ ਦੇ ਵਿੱਚ ਦੱਸ ਚੁੱਕਿਆ ਹੁੰਦਾ, ਤਾਂ ਵਾਰ ਵਾਰ ਉਹ ਮੈਂ ਜਿਹੜਾ ਆਂਸਰ ਨਹੀਂ ਕਰ ਸਕਦਾ ਹੈਗਾ। ਪਹਿਲੀ ਗੱਲ ਆ ਜਿਹੜੀ ਉਹ ਜਿਹੜੀ ਕਰਾਂ ਤਾਂ ਸਭ ਤੋਂ ਜਿਹੜੀ ਮੰਦਭਾਗੀ ਜਿਹੜੀ ਇਹ ਬਿਮਾਰੀ ਜਿਹੜੀ ਕਰੋਨਾ ਵਾਇਰਸ, ਇਹਦੀ ਜਿਹੜੀ 15 ਲੱਖ ਪਲੱਸ ਜਿਹੜੇ ਕੇਸ ਜਿਹੜੇ ਯੂਨਾਈਟਿਡ ਸਟੇਟ ਦੇ ਵਿੱਚ ਵਰਲਡੋਮੀਟਰ ਦੇ ਅਨੁਸਾਰ ਹੋ ਗਏ ਨੇ 15,27,664 ਬੰਦੇ ਨੂੰ ਜੀ। ਕਾਫੀ ਵੱਡਾ ਡਾਟਾ ਹੁੰਦਾ, ਤਕਰੀਬਨ 1.5 ਮਿਲੀਅਨ ਪਲੱਸ ਜਿਹੜੇ ਹੋ ਚੁੱਕੇ ਆ। ਅਤੇ ਇਹਦੇ ਵਿੱਚ ਡੈਥ ਦੀ ਗੱਲ ਕਰਾਂ ਤਾਂ ਡੈਥ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਆ ਜਿਹੜੇ, ਤਾਂ ਇਹ 90,978 ਤਕਰੀਬਨ ਹੁਣ ਜਿਹੜਾ ਲੱਖ ਵੱਲ ਨੂੰ ਡਾਟਾ ਜਿਹੜਾ ਵਧਣਾ ਸਟਾਰਟ ਹੋ ਗਿਆ। 90,000 ਪਲੱਸ ਜਿਹੜੀਆਂ ਡੈਥ ਹੋ ਚੁੱਕੀਆਂ ਨੇ, ਜਿਹੜੀ ਬਹੁਤ ਹੀ ਜਿਹੜੀ ਸੈਡ ਜਿਹੜੀ ਗੱਲ ਆ। ਰਿਕਵਰ ਬੰਦੇ ਜਿਹੜੇ ਬਹੁਤ ਜ਼ਿਆਦਾ ਠੀਕ ਹੋਏ ਨੇ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਧੇ ਆ, ਤਕਰੀਬਨ 3,46,000 3,50,000 ਦੇ ਨੀਅਰ ਅਬਾਊਟ ਜਿਹੜਾ ਬੰਦਾ ਜਿਹੜਾ ਠੀਕ ਵੀ ਹੋਇਆ ਵਾ। ਅਤੇ ਇਹ ਜਿਹੜੇ ਕੇਸਿਸ ਆ ਜਿਹੜਾ ਹੁਣ ਜਿੱਦਾਂ ਯੂਨਾਈਟਿਡ ਸਟੇਟਸ ਆ ਓਪਨ ਹੋ ਗਿਆ ਵਾ, ਠੀਕ ਆ। ਆਹ ਤੁਸੀਂ ਆਪਣੇ ਰੂਲਸ ਆਪੇ ਫੋਲੋ ਕਰਿਓ, ਜਿੱਦਾਂ ਜੇਕਰ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਤਾਂ ਇਹ ਤੁਹਾਡੇ 'ਤੇ ਡਿਪੈਂਡ ਆ ਹੁਣ ਅੱਗੇ ਇਹਦਾ ਫਿਊਚਰ ਆ। ਕਿਉਂਕਿ ਜਿਹੜੀ ਜਿਹੜੇ ਮਾਹਰ ਨੇ ਉਹਨਾਂ ਨੇ ਵਾਰਨਿੰਗ ਜ਼ਰੂਰ ਦਿੱਤੀ ਆ ਵੀ ਜਿਹੜੀ ਜੇਕਰ ਸੈਕਿੰਡ ਵੇਵ ਆਉਂਦੀ ਆ ਤਾਂ ਉਹ ਇਹਦੇ ਨਾਲ ਉਹ ਡੇਂਜਰਸ ਜਿਹੜੀ ਹੋ ਸਕਦੀ ਆ, ਠੀਕ ਆ। ਤਾਂ ਪਲੀਜ਼ ਸਾਰਿਆਂ ਵੱਲੋਂ ਰਿਕੁਐਸਟ ਆ ਕਿ ਤੁਸੀਂ ਆਪਣੀ ਸੇਫਟੀ ਜਿਹੜੀ ਆਪ ਧਿਆਨ ਰੱਖਣੀ ਆ। ਬਾਕੀ ਕੰਮ ਕਾਰ ਤਾਂ ਹੁਣ ਸਾਰਿਆਂ ਨੂੰ ਕਰਨੇ ਹੀ ਪੈਣੇ ਨੇ, ਤਾਂ ਕੰਟਰੀ ਤਾਂ ਜਿਹੜੀ ਓਪਨ ਹੋਣੀ ਆ, ਠੀਕ ਆ। ਤਾਂ ਤੁਹਾਨੂੰ ਜਿਹੜਾ ਆਪਣੇ ਆਪ ਤੁਹਾਨੂੰ ਆਪਣੇ ਆਪ ਮਤਲਬ ਸੇਫਟੀ ਰੱਖਣੀ ਪੈਣੀ ਆ। ਅਤੇ ਗੱਲ ਅੱਗੇ ਜੇਕਰ ਹੁਣ ਆਪਾਂ ਕਰੀਏ ਇੱਥੇ ਮੇਨ ਨਿਊਜ਼ਾਂ ਦੀ, ਤਾਂ ਸਭ ਤੋਂ ਪਹਿਲਾਂ ਜੇਕਰ ਗੱਲ ਕਰਾਂ ਤਾਂ ਜਿਹੜੇ ਬਰਾਕ ਓਬਾਮਾ ਨੇ ਜਿਹੜੇ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਬਰਾਕ ਓਬਾਮਾ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਾਫੀ ਵਾਰ ਉਹਨਾਂ ਪਰ ਜਿਹੜੀ ਜਿੱਦਾਂ ਮੈਂ ਤੁਹਾਨੂੰ ਇੱਕ ਸਟੋਰੀ ਟਾਈਪ ਦੱਸ ਰਿਹਾ ਕਵਰ ਸਟੋਰੀ ਕਰਕੇ, ਕਾਫੀ ਵਾਰ ਉਹਨਾਂ ਪਰ ਵਾਰ ਕੀਤਾ ਵੀ ਇੱਦਾਂ ਜਿੱਦਾਂ ਇੱਕ ਦੂਜੇ ਦਾ ਪੋਲੀਟੀਕਲ ਵਾਰ ਹੁੰਦੇ ਨੇ ਹੈ ਨਾ ਇਲੈਕਸ਼ਨ ਦੇ ਵਿੱਚ। ਹੁਣ ਇਲੈਕਸ਼ਨ ਦਾ ਮੁੱਦਾ ਭੱਖ ਚੁੱਕਿਆ ਵਾ, ਠੀਕ ਆ। ਆ ਨੀਅਰ ਆ ਗਿਆ ਨਵੰਬਰ ਦੇ ਵਿੱਚ, 3 ਨਵੰਬਰ ਜਾਂ ਨੂੰ ਜਿਹੜੀ ਇਲੈਕਸ਼ਨ ਹੋ ਸਕਦੀ ਆ। ਤਾਂ ਇਹਦੇ ਵਿੱਚ ਹੁਣ ਜਿਹੜੇ ਬਰਾਕ ਓਬਾਮਾ ਨੇ ਇਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ 'ਤੇ ਵੀ ਜਿਹੜਾ ਮਤਲਬ ਹਮਲੇ ਕੀਤੇ ਵੀ ਜਿਹੜਾ ਕਰੋਨਾ ਵਾਇਰਸ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਪਾਰਟੀ ਆ ਇਹਨਾਂ ਨੇ ਸਹੀ ਜਿਹੜਾ ਡੀਲ ਜਿਹੜੀ ਜਾਂ ਮਤਲਬ ਡਾਇਰੈਕਟਲੀ ਨਹੀਂ ਇਹਨਾਂ ਨੇ ਕਿਹਾ, ਮਤਲਬ ਇਹਨਾਂ ਦਾ ਜਿਹੜਾ ਕਿਹਾ ਵੀ ਜਿਹੜੇ ਅਧਿਕਾਰੀ ਮੇਨ ਅਹੁਦਿਆਂ 'ਤੇ ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਹੈਂਡਲ ਨਹੀਂ ਕੀਤਾ ਜਾਂ ਜੋ ਵੀ ਹੈ ਨਾ, ਕਿਉਂਕਿ ਇਹ ਜਿਹੜੀ ਮਹਾਂਮਾਰੀ ਆ ਇਹ ਬਹੁਤ ਵੱਡੇ ਪੱਧਰ 'ਤੇ ਅਮੈਰੀਕਾ ਦਾ ਆਰਥਿਕ ਨੁਕਸਾਨ ਵੀ ਕਰ ਰਹੀ ਆ। ਜਿਹੜੀਆਂ ਡੈਥ ਤਾਂ ਅਲੱਗ, ਜਿਹੜੀ ਆਰਥਿਕ ਨੁਕਸਾਨ ਆ ਇਹ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਰ ਰਹੀ ਆ, ਠੀਕ ਆ। ਅਗਲੀ ਜਿਹੜੀ ਗੱਲ ਕਰਾਂ, ਜਿਹੜਾ ਚਾਈਨਾ ਨੇ ਇਹ ਗੱਲ ਮੰਨੀ ਹੈ ਜੀ, ਚਾਈਨਾ ਦੇ ਜਿਹੜੇ ਵੀ ਜਿਹੜੇ ਜਿੱਦਾਂ ਸਾਰੇ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਆ ਜਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜਾ ਦੱਸਿਆ ਵੀ ਚਾਈਨਾ ਦੀ ਜਿਹੜੀ ਲੈਬ ਦੇ ਵਿੱਚੋਂ ਜਿਹੜਾ ਇਹ ਨਿਕਲਿਆ ਹੋਇਆ ਵਾ। ਤਾਂ ਇਹਦੇ ਵਿੱਚ ਚਾਈਨਾ ਦੇ ਜਿਹੜੇ ਨੈਸ਼ਨਲ ਹੈਲਥ ਕਮਿਸ਼ਨ ਦੇ ਜਿਹੜੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਕਹਿੰਦਾ ਵੀ ਠੀਕ ਆ, ਹਾਂ ਵੀ ਕਹਿੰਦਾ ਉਹਨੇ ਪੁਸ਼ਟੀ ਕੀਤੀ ਹੈ, ਕਹਿੰਦਾ ਜਦੋਂ ਇਹ ਸਟਾਰਟਿੰਗ ਦੇ ਵਿੱਚ ਨੋਵਲ ਕਰੋਨਾ ਵਾਇਰਸ ਦੀ ਜਦੋਂ ਸ਼ੁਰੂਆਤ ਹੋਈ ਸੀ ਤਾਂ ਇਹਦੇ ਨਮੂਨੇ ਜਿਹੜੇ ਸੀਗੇ, ਇਹਦੇ ਸੈਂਪਲ ਸੀਗੇ ਜਿਹੜੇ, ਉਹਨਾਂ ਨੂੰ ਜਿਹੜਾ ਡਿਸਟਰੋਏ ਕਰਨ ਦੇ ਲਈ, ਨਸ਼ਟ ਕਰਨ ਦੇ ਲਈ ਜਿਹੜਾ ਉਹਨਾਂ ਦੀ ਗੌਰਮੈਂਟ ਨੇ ਜਿਹੜਾ ਉਹਨਾਂ ਨੂੰ ਕਿਹਾ ਸੀਗਾ, ਅਤੇ ਉਹ ਨਸ਼ਟ ਵੀ ਕੀਤੇ ਗਏ ਨੇ ਕਹਿੰਦਾ। ਪਰ ਇਹ ਜਿਹੜਾ ਕਹਿੰਦਾ ਅਸੀਂ ਕੀਤੇ ਕਿਉਂ ਸੀ, ਕਿਉਂਕਿ ਅਸੀਂ ਜਿਹੜੀ ਇਹ ਜਿਹੜਾ ਇਹ ਕਿਉਂਕਿ ਲੈਬ ਦੀ ਜਿਹੜੀ ਇਹ ਚੀਜ਼ ਆ ਇਹਦੀ ਜ਼ਿਆਦਾ ਕਿਤੇ ਫੈਲ ਨਾ ਜਾਵੇ ਤਾਂ ਇਹਦੇ ਲਈ ਅਸੀਂ ਇਹ ਡਿਸਟਰੋਏ ਕੀਤੇ ਸੀ। ਦੇਖੋ ਇਹ ਸ਼ੁਰੂ ਤੋਂ ਜਿਹੜੀ ਗੱਲ ਚਾਈਨਾ 'ਤੇ ਕਿਤੇ ਨਾ ਕਿਤੇ ਉੱਠ ਰਹੀ ਸੀ ਹੈ ਨਾ, ਕਿਉਂਕਿ ਚਾਈਨਾ ਦੇ ਵਿੱਚ ਇਹ ਬਹੁਤ ਜ਼ਿਆਦਾ ਘੱਟ ਸੀ, ਚਾਈਨਾ ਦੇ ਵਿੱਚ ਡੈਥਸ ਘੱਟ ਸੀ, USA ਸਭ ਤੋਂ ਜ਼ਿਆਦਾ ਟਾਰਗੇਟ ਸੀਗਾ, ਹੁਣ UK ਆ, ਬ੍ਰਾਜ਼ੀਲ ਆ, ਇੱਦਾਂ ਬਹੁਤ ਸਾਰੀਆਂ ਕੰਟਰੀਆਂ ਨੇ, ਪਰ ਚਾਈਨਾ ਉਹਨਾਂ ਨਾਲੋਂ ਸਾਰਿਆਂ ਨਾਲੋਂ ਬਹੁਤ ਜ਼ਿਆਦਾ ਪਿੱਛੇ ਆ, ਇਟਲੀ ਨਾਲੋਂ, ਯੂਰਪ ਨਾਲੋਂ। ਤਾਂ ਉਹਨਾਂ ਨੇ ਜਿਹੜੀ ਆਹ ਜਿਹੜੇ ਉਹਦੇ ਅਧਿਕਾਰੀ ਨੇ ਬਿਆਨ ਦਿੱਤੀ ਆ, ਉਹਨੇ ਕਿਹਾ ਕਹਿੰਦਾ ਵੀ ਅਸੀਂ ਡਿਸਟਰੋਏ ਕੀਤੇ ਆ ਜਿਹੜੇ ਸਟਾਰਟਿੰਗ ਦੇ ਵਿੱਚ ਸੈਂਪਲ ਸੀ।
ਤਾਂ ਹੁਣ ਜਿਹੜਾ ਵੈਸੇ ਵੀ ਚਾਈਨਾ ਦੇ ਨਾਲ ਜਿਹੜੀ ਅਮਰੀਕਾ ਦੀ ਇੱਕ ਜਿਹੜਾ ਹੁਣ ਖਾਸ ਕਰ ਤੁਸੀਂ ਇਲੈਕਸ਼ਨ ਦੇਖ ਲਓ ਤਾਂ ਹੁਣ ਚਾਈਨਾ 'ਤੇ ਜ਼ਿਆਦਾ ਜਿਹੜਾ ਇਹ ਜਿਹੜੀਆਂ ਪਾਬੰਦੀਆਂ ਜਿਹੜੀਆਂ ਲਾ ਸਕਦੇ ਨੇ, ਜਿਹੜਾ ਜਿੱਦਾਂ ਕਹਿੰਦਾ ਸਮੁੰਦਰ ਆ ਜਿਹੜਾ ਦੱਖਣੀ ਸਾਗਰ, ਉੱਥੇ ਵੀ ਜਿਹੜੀ US ਨੇ ਜਿਹੜੀ ਆਰਮੀ ਜਿਹੜੀ ਵਧਾਈ ਹੈਗੀ ਆ, ਮਤਲਬ ਉੱਥੇ ਵੀ ਥੋੜ੍ਹਾ ਜਿਹਾ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਮਤਭੇਦ ਜਿਹੜੇ ਚੱਲ ਰਹੇ ਨੇ। ਠੀਕ ਆ, ਅਤੇ ਅਗਲੀ ਜਿਹੜੀ ਗੱਲ ਕਰਾਂ ਵੀਰੇ, ਜਿਨ੍ਹਾਂ ਦੀਆਂ ਹਾਇਰਿੰਗ ਡੇਟਸ ਨੇ ਉਹ ਜਿਹੜੀ ਹੁਣ ਜਿਹੜੀ ਅਪਡੇਟ ਆਈ ਆ June 12 ਤੱਕ 2020 ਤੱਕ ਜਿਹੜੀਆਂ ਪੋਸਟਪੋਨ ਜਿਹੜੀਆਂ ਹੋ ਗਈਆਂ ਨੇ ਜਿਨ੍ਹਾਂ ਦੀ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਨੇ June 12 ਤੱਕ। ਠੀਕ ਹੈ, ਕਿਉਂਕਿ ਇਹਦੇ ਬਾਰੇ ਬਹੁਤ ਸਾਰੇ ਵੀਰ ਪੁੱਛਦੇ ਨੇ, June 12 ਤੱਕ ਜਿਹੜੀਆਂ ਡੇਟ ਆ ਪੋਸਟਪੋਨ ਜਿਹੜੀਆਂ ਹੋ ਗਈਆਂ ਨੇ। ਠੀਕ ਆ, ਮਤਲਬ ਪੋਸਟਪੋਨ ਹੋ ਗਈਆਂ ਨੇ ਅੱਗੇ 12 June ਤੱਕ। ਅਤੇ ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਕਰਾਂ, ਹੁਣ ਇੱਥੇ ਜਿਹੜੇ ਬੰਦੇ ਇਹ ਡਿਪੋਰਟ ਕੀਤੇ ਜਾਣੇ ਆ, ਜਿਹੜੀ ਨਵੀਂ ਰਿਪੋਰਟ ਆਈ ਹੈ ਇਹਦੇ ਵਿੱਚ ਜਿਹੜੇ ਇਸ ਵੀਕ ਮੇ ਬੀ 18 ਜਾਂ 19 ਤਰੀਕ ਨੂੰ ਦੱਸੀ ਜਾ ਰਹੀ ਆ, ਜਿਹੜੀ ਫਲੈਟ ਆ ਜਿਹੜੀ ਅੰਮ੍ਰਿਤਸਰ ਜਾ ਰਹੀ ਆ। ਬਾਕੀ ਇਹ ਨਿਊਜ਼ਾਂ ਦੇ ਵਿੱਚ ਆ, ਅੱਗੇ ਪਤਾ ਨਹੀਂ ਹੁਣ ਵੀ ਇਹ ਕਿੱਥੇ ਜਾਊਗੀ, ਪਰ ਇਹ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਇਹਦੇ ਵਿੱਚ 3 ladies ਵੀ ਸ਼ਾਮਿਲ ਨੇ, ਅਤੇ 161 ਬੰਦੇ ਆ, ਅਤੇ 2 19 ਸਾਲ ਦੇ ਵੀ ਹਰਿਆਣੇ ਦੇ ਜਿਹੜੇ ਮੁੰਡੇ ਹੈਗੇ ਇਹਦੇ ਵਿੱਚ। ਅਤੇ ਜੇਕਰ ਗੱਲ ਕਰਾਂ USA ਦੀਆਂ 95 ਜੇਲ੍ਹਾਂ ਵਿੱਚ 1739 ਬੰਦੇ ਜਿਹੜੇ ਇੰਡੀਅਨ ਜਿਹੜੇ ਇਹਦੇ ਵਿੱਚ ਮਤਲਬ ਜਿਹੜੇ ਬੰਦ ਨੇ। ਠੀਕ ਆ, 2018 ਦੀ ਗੱਲ ਦੱਸਾਂ ਤਾਂ ਤੁਹਾਨੂੰ 2018 ਦੇ ਵਿੱਚ 611 ਬੰਦੇ ਜਿਹੜੇ ਡਿਪੋਰਟ ਜਿਹੜੇ ਕੀਤੇ ਗਏ ਸੀ, ਹੁਣ 2019 ਦੇ ਵਿੱਚ ਜੇਕਰ ਗੱਲ ਕਰਾਂ ਤਾਂ 1616 ਬੰਦੇ, ਕਿੱਥੇ 611 ਕਿੱਥੇ 1616। 2019 ਦੇ ਵਿੱਚ ਮੈਂ ਬਹੁਤ ਵਾਰ ਰਿਕੁਐਸਟ ਕਰੀ ਸੀ ਵੀ ਵੀਰੋ ਜਿਹੜਾ ਗਲਤ ਵੇ ਇਹਨੂੰ ਟਰਾਈ ਨਾ ਕਰੋ, ਅਦਰਵਾਈਜ਼ ਤੁਹਾਡਾ ਜਿਹੜਾ ਇੱਦਾਂ ਦੇ ਲੀਗਲ ਵੇ ਕਦੇ ਵੀ ਟਰਾਈ ਨਾ ਕਰੋ, ਤੁਹਾਡਾ ਜਿਹੜਾ ਪੈਸਾ ਉਹ ਤੋਂ ਬਿਨਾਂ ਤੁਸੀਂ ਜਿਹੜਾ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕਿੰਨਾ ਜ਼ਿਆਦਾ ਮੁਸ਼ਕਲਾਂ ਤੁਸੀਂ ਫੀਲ ਕਰਦੇ ਹੋ, ਤਾਂ ਤੁਸੀਂ ਆਪਣਾ ਫਿਊਚਰ ਜਿਹੜਾ ਨਾ ਖਰਾਬ ਕਰੋ। ਅਤੇ 2019 ਦੇ ਵਿੱਚ 1616 ਬੰਦੇ ਜਿਹੜੇ ਡਿਪੋਰਟ ਜਿਹੜੇ ਕੀਤੇ ਗਏ ਨੇ, ਜਿਹੜਾ ਕਿ ਕਾਫੀ ਜ਼ਿਆਦਾ ਵੱਡਾ ਡਾਟਾ ਇਹ ਜਿਹੜੀ 19 ਮਈ ਨੂੰ ਦੱਸਿਆ ਜਾ ਰਿਹਾ ਵੀ ਜਿਹੜੀ ਇੰਡੀਆ ਦੇ ਵਿੱਚ ਪਹੁੰਚ ਸਕਦੀ ਆ। ਅਤੇ ਇਹ ਅੰਮ੍ਰਿਤਸਰ ਦੇ ਵਿੱਚ ਦੱਸਿਆ ਜਾ ਰਿਹਾ, ਅਤੇ ਜਿਹੜੇ ਇਹਨਾਂ ਦੇ ਜਿਹੜੇ ਇਹ ਬੰਦੇ ਆਉਣਗੇ ਇਹ ਹੁਣ ਸਾਰੇ ਜਿੱਦਾਂ ਜਿਹੜੇ ਜਿਹੜੇ ਪੰਜਾਬ ਦੇ ਜਾਂ ਹਰਿਆਣੇ ਦੇ ਉਹ ਸਾਰੇ ਆਪਣੇ ਡਿਸਟ੍ਰਿਕਟ ਵਾਈਜ਼ ਜਿਹੜੇ 14 ਦਿਨ ਲਈ ਮੇ ਬੀ ਇਹ ਅਲੱਗ ਵੀ ਰੱਖਣਗੇ, ਕਿਉਂਕਿ ਜਿਹੜੀ ਅਮੈਰੀਕਾ ਦੇ ਵਿੱਚ ਬਹੁਤ ਜ਼ਿਆਦਾ ਇਹ ਜਿਹੜੀ ਪ੍ਰੋਬਲਮ ਆ। ਹੁਣ ਡਿਟੈਂਸ਼ਨ ਸੈਂਟਰ ਦੀ ਗੱਲ ਕਰਾਂ ਤਾਂ 2045 ਇਹਨਾਂ ਨੇ ਜਿਹੜੇ ਟੈਸਟ ਕੀਤੇ ਆ, ਜਿਹੋ 986 ਬੰਦੇ ਨੂੰ ਜਿਹੜੇ ਪੋਜ਼ਿਟਿਵ ਰਿਪੋਰਟਸ ਜਿਹੜੀਆਂ ਮਿਲੀਆਂ ਸੀਗੀਆਂ। ਠੀਕ ਆ, ਅਤੇ ਡਿਟੈਂਸ਼ਨ ਸੈਂਟਰਾਂ ਵਿੱਚ 27,908 ਬੰਦੇ ਜਿਹੜੇ ਹੈਗੇ ਆ, ਤਾਂ ਆਹ ਜਿਹੜੇ ਰਿਪੋਰਟਸ ਨੇ ਹੁਣ ਕਈਆਂ ਨੂੰ ਇਹ ਜਿਹੜੇ ਟੈਸਟ ਜਿਹੜੇ ਕੇਸ ਆ 986, ਕਈ ਬੰਦਿਆਂ ਨੂੰ ਇਹ ਮਤਲਬ ਕਈ ਬੰਦੇ ਨਿਕਲ ਵੀ ਚੁੱਕੇ ਆ ਇਹਨਾਂ 'ਚੋਂ, ਕਈਆਂ ਨੂੰ ਨੈਗੇਟਿਵ ਜਿਹੜੀਆਂ ਰਿਪੋਰਟਸ ਵੀ ਜਿਹੜੀਆਂ ਆ ਚੁੱਕੀਆਂ ਨੇ। ਸਾਰੀਆਂ ਅੱਜ ਦੀਆਂ ਅਪਡੇਟ 'ਤੇ ਹੋਊਗਲੀ, ਤੁਸੀਂ ਸਾਰੇ ਵਧੀਆ ਹੋਵੋਗੇ, ਚੰਗਾ, ਸਤਿ ਸ਼੍ਰੀ ਅਕਾਲ ਸਾਰੇ।